ਸੋਹਾਂ ਕਮਾਨ ਨੂੰ ਕੀ ਪਤਾ ਹੈ ਤਾਂ ਨਵਾਂ ਮੈਂ ਹਾਂ ਤੁਹਾਡੇ ਬਾਅਦ ਸਰਟੀਫਿਕੇਟ ਤੇ ਮੁੱਖ ਮੰਤਰੀ ਲਿਖਿਆ ਲਿਖਾਈ ਆਇਆ ਸੀ ਸਾਊਥ ਇੰਡੀਆ ਵਾਲੇ ਜਿਹੜੇ ਐਮਪੀ ਨੇ ਨਾ ਉਹ ਮੈਨੂੰ ਪੁੱਛਣ ਲੱਗ ਰਹੇ ਨੇ ਮਾਨ ਸਾਹਿਬ ਕਿਹਾ ਪੰਜਾਬ ਦਾ ਕਿਸਾਨ ਵੀ ਖੁਦਕੁਸ਼ੀ ਕਰਦਾ ਹੈ ਮੈਂ ਕਿਹਾ ਹਾਂਜੀ ਯਾਰ ਹਮ ਯਕੀਨ ਨਹੀਂ ਕਰ ਸਕਦੇ ਇਸ ਬਾਤ ਕਾ ਹਮੇ ਤੋ ਯੇ ਲਗਤਾ ਹੈ ਕਿ ਪੰਜਾਬ ਕਾ ਕਿਸਾਨ ਖੇਤੋ ਮੇ ਨਾਚਤਾ ਹੈ ਔਰ ਖੁਸ਼ ਰਹਿਤਾ ਹੈ ਪੰਜਾਬ ਕਾ ਕਿਸਾਨ ਬਹੁਤ ਖੁਸ਼ਹਾਲ ਹੈ ਮੈਂ ਕਿਹਾ ਜੀ ਟੈਲੀਵਿਜ਼ਨ ਦੀ ਮਸ਼ਹੂਰੀ ਹੈ ਜੀ ਖੁਸ਼ਹਾਲ ਹੈ ਉਹ ਸਾਡੀਆਂ ਫਰਦਾਂ ਕਢਾ ਕੇ ਦੇਖ ਲਓ ਸਾਰੀਆਂ ਲਕੀਰਾਂ ਲਾਲ ਹੈ ਡੱਬਿਆਂ ਦਾ ਕੋਈ ਕਸੂਰ ਨਹੀਂ ਹੁੰਦਾ ਡੱਬੇ ਤਾਂ ਉੱਤੇ ਜਾਂਦੇ ਜਿੱਧਰ ਨੂੰ ਇੰਜਣ ਲੈ ਕੇ ਜਾਂਦਾ ਹੁਣ ਇੰਜਣ ਹੀ ਤੁਸੀਂ 70-80 ਸਾਲ ਪੁਰਾਣੇ ਲਾਈ ਬੈਠੇ ਹੁਣ ਕਰੀਏ ਕੀ ਦੱਸੋ ਉਹ ਦਿੱਲੀ ਵਾਲੇ ਨੇ ਇੰਜਣ ਬਦਲ ਲਿਆ ਉਹ ਜਾਂਦੀ ਹੈ ਗੱਡੀ ਉਹਦੀ ਲੀਹ ਤੇ ਚੜੀ ਹੋਈ ਹੈ ਪੂਰੀ ਕੇਜਰੀਵਾਲ ਹੈ ਨਵਾਂ ਇੰਜਣ ਕਿ ਹੁਣ ਹਰੇਕ 27 ਦਸੰਬਰ ਨੂੰ ਐਪਲੀਕੇਸ਼ਨ ਦੇਣ ਦੀ ਲੋੜ ਨਹੀਂ ਜਦੋਂ ਤੱਕ ਦੁਨੀਆ ਰਹੂਗੀ ਆਪਾਂ ਨਹੀਂ ਹੋਵਾਂਗੇ ਇੱਥੇ ਅੱਜ ਤੋਂ 1000 ਸਾਲ ਬਾਅਦ ਵੀ 27 ਦਸੰਬਰ ਨੂੰ ਲੋਕ ਸਭਾ ਸ਼ੁਰੂ ਹੋਊਗੀ ਰਾਜ ਸਭਾ ਸ਼ੁਰੂ ਹੋਊਗੀ ਤਾਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇ ਕੇ ਸ਼ੁਰੂ ਹੋਊਗੀ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਜ਼ਮੀਨ ਰੱਖਿਓ ਫੁੱਲਾਂ ਜੋਗੀ ਇੱਥੇ ਫੁੱਲ ਖਿੜਨਗੇ ਐਸੇ ਧਰਤੀ ਤੇ ਭੰਗੜੇ ਪੈਂਦੇ ਦਿਖਾਵਾਂਗੇ ਆਹੀ ਪੰਜਾਬ ਨੱਚਦਾ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾ ਕੇ ਦਿਖਾਵਾਂਗੇ ਭਾਵੇਂ ਕਿ ਹਰ ਸਿਆਸੀ ਪਾਰਟੀ ਕਿਸਾਨਾਂ ਦੇ ਹੱਕ 'ਚ ਡਟੀ ਰਹਿਣ ਦੀ ਗੱਲ ਆਖ ਰਹੀ ਹੈ ਕੇਂਦਰ ਸਰਕਾਰ ਖਿਲਾਫ਼ ਰੈਲੀਆਂ ਕਰ ਰਹੀ ਹੈ ਉੱਥੇ ਹੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਮ ਆਦਮੀ ਪਾਰਟੀ ਵੱਲੋਂ ਵੀ ਗ੍ਰਾਮ ਸਭਾ ਬੁਲਾਓ ਪਿੰਡ ਬਚਾਓ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਹੁਸ਼ਿਆਰਪੁਰ 'ਚ ਪਹੁੰਚੇ ਸੰਸਦ ਮੈਂਬਰ ਭਗਵੰਤ ਮਾਨ ਨੇ ਸਟੇਜ ਤੋਂ ਹੀ ਅਕਾਲੀ ਦਲ ਕਾਂਗਰਸ ਸਣੇ ਬੀਜੇਪੀ ਨੂੰ ਖਰੀਆਂ ਖਰੀਆਂ ਸੁਣਾਈਆਂ ਉਹਨਾਂ ਗ੍ਰਾਮ ਸਭਾਵਾਂ ਨੂੰ ਲੋਕਤੰਤਰ ਦੀਆਂ ਜੜ੍ਹਾਂ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਨਾਲ ਕਿਸਾਨਾਂ 'ਤੇ ਧੱਕੇਸ਼ਾਹੀ ਨਾਲ ਥੋਪੇ ਜਾ ਰਹੇ ਕਾਨੂੰਨਾਂ ਨੂੰ ਰੱਦ ਕਰਵਾਇਆ ਜਾ ਸਕਦਾ ਪ੍ਰਕਾਸ਼ ਸਿੰਘ ਬਾਦਲ ਮੇਰੇ ਬਾਰੇ ਕਹਿੰਦਾ ਸੀ ਭਗਵੰਤ ਮਾਨ ਨੂੰ ਕੀ ਪਤਾ ਹੈ ਤਾਂ ਨਵਾਂ ਮੈਂ ਕਿਹਾ ਹਾਂ ਤੁਹਾਡੇ ਬਾਅਦ ਸਰਟੀਫਿਕੇਟ ਤੇ ਮੁੱਖ ਮੰਤਰੀ ਲਿਖਿਆ ਲਿਖਾਈ ਆਇਆ ਸੀ ਤੁਸੀਂ ਵੀ ਤਾਂ ਨਵੇਂ ਹੀ ਸੀ ਭਗਵੰਤ ਮਾਨ ਨੂੰ ਕੀ ਪਤਾ ਹਾਂਜੀ ਮੈਂ ਕਿਹਾ ਮੈਨੂੰ ਬਿਲਕੁਲ ਨਹੀਂ ਪਤਾ ਵੀ ਟਰਾਂਸਪੋਰਟਾਂ ਕਿਵੇਂ ਦੱਬੀ ਦੀਆਂ ਢਾਬਿਆਂ 'ਚ ਕਿਵੇਂ ਹਿੱਸੇ ਪਾਈ ਦੇ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਕਿ ਜਵਾਨੀ ਨੂੰ ਚਿੱਟੇ ਤੇ ਲਾ ਕੇ ਕਿਵੇਂ ਧੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰੀ ਦੇ ਮੈਨੂੰ ਨਹੀਂ ਪਤਾ ਪਰ ਮੈਨੂੰ ਇੰਨਾ ਪਤਾ ਹੈ ਕਿ ਲੋਕਾਂ ਦੇ ਹੱਕ 'ਚ ਕਿਵੇਂ ਖੜੀਦਾ ਤੇ ਲੋਕਾਂ ਦੇ ਹੱਕ 'ਚ ਕਿਵੇਂ ਬੋਲੀਦਾ ਅਸੀਂ ਤੁਹਾਡੇ ਵਾਲੇ ਜਿਹੜੇ ਤੁਹਾਨੂੰ ਪਤਾ ਸੀ ਉਹ ਜਾਣਨਾ ਵੀ ਨਹੀਂ ਚਾਹੁੰਦੇ ਸਾਨੂੰ ਨਾ ਹੀ ਪਤਾ ਲਾਵੇ ਰੱਬ ਹੈ ਚੀਜ਼ਾਂ ਉਹ ਕੈਪਟਨ ਅਮਰਿੰਦਰ ਕਹਿੰਦਾ ਭਗਵੰਤ ਮਾਨ ਕੋਈ ਤਜਰਬਾ ਨਹੀਂ ਮੈਂ ਕਿਹਾ ਲੋਕ ਦੁਖੀ ਤਜਰਬੇ ਕਰਾਂ ਤੋਂ ਨੇ ਤੇ ਮੈਂ ਕਿਹਾ ਮਹਾਰਾਣੀ ਪ੍ਰਨੀਤ ਕੋਲ ਕਿੰਨਾ ਤਜਰਬਾ ਸੀ ਹਰਾਈ ਕਿਹਨੇ ਸੀਗੀ ਡਾਕਟਰ ਗਾਂਧੀ ਨੇ ਉਹਦੇ ਕੋਲ ਕਾਹਦਾ ਤਜਰਬਾ ਸੀ ਲੋਕ ਤਾਂ ਨਵਾਂ ਤਜਰਬਾ ਕਰਨ ਨੂੰ ਫਿਰਦੇ ਨੇ ਤੁਹਾਡੇ ਤਜਰਬੇ ਨਹੀਂ ਮਰਵਾਏ ਜੀ ਨਹੀਂ ਅੱਜ ਪੰਜਾਬ ਇਸ ਲੈਵਲ ਤੇ ਨਹੀਂ ਪਹੁੰਚਣਾ ਚਾਹੀਦਾ ਸੀ ਜਦੋਂ ਮੈਂ ਪਾਰਲੀਮੈਂਟ 'ਚ ਕਿਸਾਨਾਂ ਦੀ ਆਤਮ ਹੱਤਿਆ ਦੀ ਗੱਲ ਕਰਦਾ ਮੇਰੇ ਕੋਲ ਤਾਮਿਲਨਾਡੂ ਵਾਲੇ ਕੇਰਲਾ ਵਾਲੇ ਸਾਊਥ ਇੰਡੀਆ ਵਾਲੇ ਜਿਹੜੇ ਐਮਪੀ ਨੇ ਨਾ ਉਹ ਮੈਨੂੰ ਪੁੱਛਣ ਲੱਗ ਰਹੇ ਨੇ ਮਾਨ ਸਾਹਿਬ ਕਿਹਾ ਪੰਜਾਬ ਕਾ ਕਿਸਾਨ ਵੀ ਖੁਦਕੁਸ਼ੀ ਕਰਦਾ ਹੈ ਮੈਂ ਕਿਹਾ ਹਾਂਜੀ ਯਾਰ ਹਮ ਯਕੀਨ ਨਹੀਂ ਕਰ ਸਕਦੇ ਇਸ ਬਾਤ ਕਾ ਹਮੇ ਤੋ ਯੇ ਲਗਤਾ ਹੈ ਕਿ ਪੰਜਾਬ ਕਾ ਕਿਸਾਨ ਖੇਤੋ ਮੇ ਨਾਚਤਾ ਹੈ ਔਰ ਖੁਸ਼ ਰਹਿਤਾ ਹੈ ਪੰਜਾਬ ਕਾ ਕਿਸਾਨ ਬਹੁਤ ਖੁਸ਼ਹਾਲ ਹੈ ਮੈਂ ਕਿਹਾ ਜੀ ਟੈਲੀਵਿਜ਼ਨ ਦੀ ਮਸ਼ਹੂਰੀ ਹੈ ਜੀ ਖੁਸ਼ਹਾਲ ਹੈ ਉਹ ਸਾਡੀਆਂ ਫਰਦਾਂ ਕਢਾ ਕੇ ਦੇਖ ਲਓ ਸਾਰੀਆਂ ਲਕੀਰਾਂ ਲਾਲ ਹੈ ਕੋਈ ਦੱਸੇ ਚਾਹੇ ਨਾ ਦੱਸੇ ਕਈ ਵਾਰੀ ਅੱਖ ਸ਼ਰਮ ਦੇ ਮਾਰੇ ਦੱਸਦੇ ਨਹੀਂ ਲਕੀਰਾਂ ਫਰਦਾਂ 'ਚ ਲਾਲ ਨੇ ਸਾਰੀਆਂ ਕਢਾ ਲਓ ਜਿਹਦੀ ਮਰਜ਼ੀ ਫਰਦ ਸੋ ਵੀਰੋ ਕਰਜਈ ਕਰਕੇ ਰੱਖ ਤੇ ਧੀਆਂ ਪੁੱਤ ਸਾਡੇ ਬਾਹਰ ਭੱਜ ਰਹੇ ਨੇ ਮਾਪੇ ਵੀ ਕਹਿ ਰਹੇ ਨੇ ਪੁੱਤ ਪਲੱਸ ਟੂ ਕਰ ਲਈ 6 ਬੈਂਡ 7 ਬੈਂਡ ਲੈ ਕੇ ਜਾ ਭੱਜਾ ਇਹ ਰਹਿਣ ਵਾਲਾ ਮੁਲਕ ਨਹੀਂ ਸਾਲ ਕੁ ਬਾਅਦ ਸਾਨੂੰ ਵੀ ਉੱਥੇ ਸੱਦ ਲਈ ਅਸੀਂ ਤਾਂ ਆਪਣੀ ਧਰਤੀ ਛੱਡ ਕੇ ਭੱਜ ਰਹੇ ਹਾਂ ਜਨਾਬ ਸਾਡੇ ਧੀਆਂ ਪੁੱਤ ਤੁਹਾਡੇ ਇਲਾਕੇ ਦੇ ਜ਼ਿਆਦਾਤਰ ਮੇਰੇ ਕੋਲ ਆਉਂਦੇ ਕੇਸ ਸਾਊਦੀ ਅਰਬ ਮਸਕਟ ਦੁਬਈ ਉੱਠ ਚਾਰਦੇ ਫਿਰਦੇ ਟਿੱਬਿਆਂ 'ਚ ਸਾਡੇ ਨੌਜਵਾਨ ਛਾਂਟੇ ਮਾਰ ਮਾਰ ਕੇ ਸ਼ੇਖ ਕੰਮ ਕਰਾਉਂਦੇ ਉੱਥੇ ਉਹ ਮੇਰੇ ਕੋਲ ਆਉਂਦੀ ਉਹਨਾਂ ਦੇ ਵੀਡੀਓ ਜਾਂ ਪਾਸਪੋਰਟ ਕੱਢ ਲਓ ਜੀ ਇੱਥੋਂ ਫਸ ਗਏ ਜੀ ਇੱਥੇ ਪੂਰੀ ਤਰ੍ਹਾਂ ਕਿਉਂ ਸਾਨੂੰ ਉੱਥੇ ਧੱਕੇ ਖਾਣੇ ਪੈਣਗੇ ਇੱਥੇ ਕੰਮ ਮਿਲ ਜੇ
इन्नी फर्टाइल धरती, इन्नी जरखेज, इन्नी उपजाऊ धरती पंजाब दी, 150 मन दाने पैदा करती है एक साल च, 90 मन झोना 60 मन कणक, दुनिया की कोई धरती 150 मन दाने पैदा नहीं करती। अमरीका कनेडा जिधर नूं असीं जांदे आ 25-30 मन दाने पैदा होंदे आ जी, 6 महीने तो बर्फ ही पई रहिंदी उन्हां मुल्कां च, फिर वह बरानी जी बीजदे आ। मैनूं हैरानी है 25-30 मन वाले मौजां करी जांदे, 150 मन वाले भुखे मरी जांदे। कारण धरती का कोई कसूर नहीं, लोगों का कोई कसूर नहीं, लोग मेहनती ने, पर जेड़े मूहरे असी लीडर लाए सी ना उन्होंने साडे नाल धोखा कीता है। असी लख बार उन्होंने हक च भुगत गए, वह एक बार भी साडे हक च नहीं भुगते। वह साडे नां ते कमीशन खांदे आ, साडे नां ते कानून ते फेर बदल करदे आ। इंजन दा डब्बिआं दा कोई कसूर नहीं हुंदा, डब्बे तो उधर ही जाते जिधर इंजन लेके जाता है। हुण इंजन ही तुसीं 70-80 साल पुराने लाई बैठे, हुण करिए की दसो, इंजन बदल लो। हुण तां डीजल वाले भी खत्म हो गए, और दिल्ली वाले ने इंजन बदल लिया, वो जाती है गड्डी उनकी ली तो चढ़ी हुई है पूरी, केजरीवाल है नवा इंजन। भगवंत मान ने कहा कि संसद च छोटे साहिबजादियां नूं श्रद्धांजलि देण दा मुद्दा भी उन्हां वल्लों उठाया गया सी, ते 27 दिसंबर 2018 नूं संसद च पहली बार उन्हां दे कहण ते छोटे साहिबजादियां नूं श्रद्धांजलि दित्ती गई है, ते हुण रिकॉर्ड च दर्ज होण कारण हर साल संसद च छोटे साहिबजादियां नूं याद कीता जावेगा। पर अकाली दल ते कांग्रेस दी सरकार पिछले 70 सालां तों इस मुद्दे लई बिल्कुल अणजाण सी। परमात्मा किसे बंदे तों कोई अजिहा काम करा लैंदा है, वी ओह काम तों बाद ओह बंदे नूं ओहदा ओहदी जिंदगी दा मकसद ही कोई होर हो जांदा है। पैसा पूसा प्रधानगियां ओहदे सब उहनां तों बंदा तहां हो जांदा है। और मेरे हिस्से कहे जी ड्यूटी ला दी परमात्मा ने, मैं भी उस स्टेज चा कल मरदे अज मर जाए, पर चिंता नहीं। एक काम है जा मेरे हथों परमात्मा ने बल बख्श के कराया वीरो, 27 दिसंबर नू आपा छोटे साहबजादे बरसी नू फतेहगढ़ साहब सभा लगदी है, जांदे भी होंगे ट्रालियां लेके, कोई लंगर लाउंदे तो मैं 26 दिसंबर नूं कंप्यूटर दे साडे कोल पासवर्ड हुंदे ने लोक सभा दे, मैं पा के कंप्यूटर च पासवर्ड चैक कीता भी इन्हां ने कदे बाबा जोरावर सिंह ते बाबा फतेह सिंह जी छोटे साहिबजादियां नूं श्रद्धांजलि दित्ती है इत्थों पार्लीमेंट चों। उहदे ते आ गया नैवर एवर भी कदे भी नहीं। मैं एक चिट्ठी लिखी मैडम स्पीकर, उस वेले पिछली लोक सभा दी गल करदा, मैं मैडम स्पीकर कोल चला गया, मैं कहा जी कल नूं बाबा जोरावर सिंह ते बाबा फतेह सिंह जी का शहीदी दिवस है, उन्होंने श्रद्धांजलि दिओ जी। वो कहिंदे पहलां तां कदे दित्ती नहीं। मैं कहा जी माड़ी गल है, हुण तुसीं शुरू कर दो। वो कहिंदे ओके, दो गल्लां का होणगीआं। मैं की जी, एक तां कहिंदे TDP वाले आंध्रा प्रदेश वाले वो पार्लीमेंट नहीं चलन दिंदे, मैनूं 2-3 मिंट च ही बंद करना पैंदा, वो आ जांदे ने मूहरे रौला पाउंदे ने। मैं कहा जी उन्हां नूं मैं सांभलूंगा, उन्हां नूं आउण नहीं दिंदा मैं जिन्ना चिर तुसीं श्रद्धांजलि दिंदे। कहिंदे फिर दूजा लिख के दिओ मैनूं की है, फिर रिकॉर्ड ते की जाना चाहिए। फिर मैं लिख के दिता कि 9 साल ते 7 साल की उम्र च बाबा जोरावर सिंह ते बाबा फतेह सिंह जी सूबा सरहद ने कंधां दे विच चढ़वाया सी, ते उन्हां नूं श्रद्धांजलि दित्ती जावे। एड्डी लासानी कुर्बानी है। अगले दिन मैं घंटा पहलां आके TDP वालिआं नूं कहा मैं थोड़े हक च बोलदा, कहिंदे हाँ। मैं एक काम कर दिओ, श्री गुरु गोबिंद सिंह जी छोटे साहिबजादिआं दी श्रद्धांजलि होगी वह हो लैण दिओ, कहिड़ा रिकॉर्ड ते जा लैण दिओ, उस तों बाद मैं थोड़ा साथ दे दूंगा। उन्होंने लीडर ने कहता भी जिन्ना चिर मान साहब कहते आप जाना नहीं, कहते ठीक है फिर। 27 दिसंबर 2018 इन्ना सुकून मिलया, भारत की संसद के इतिहास च पहली बारी बाबा जोरावर सिंह ते बाबा फतेह सिंह जी को श्रद्धांजलि दिती गई है, और ये हुण रिकॉर्ड ते चली गई। रिकॉर्ड की हुंदा है कि हुण हरेक 27 दिसंबर नूं एप्लीकेशन देने की लोड़ नहीं, जो तक दुनिया रहूगी आपां नहीं होवांगे इत्थे। अज तो 1000 साल बाद भी 27 दिसंबर नूं लोक सभा शुरू होगी, राजसभा शुरू होगी, तो छोटे साहिबजादे नूं श्रद्धांजलि दे के शुरू होगी। वो रिकॉर्ड ते आ गया। सवाल यह है भी ये तू पहले की करते रहे भी पंथ दे रखे, कदे अर्जी भी नहीं दी, चलो रिजेक्ट करती हो ना।
अच्छा जो पता लग गया सारी दुनिया तो मैं फोन आए लोगों के, तो इधर जथेदारा ने मैं कहा होना पिंड के लोगों ने 28 दिसंबर ढीण सा चक्की फिर राज सभा से कहते श्रद्धांजलि दो क्या गल देता दी दसो मतलब पता ही कुछ नहीं जी कोई होमवर्क ही नहीं करते। सो इस करके भीरो भाषण दौरान भगवंत मान वालों लोगों नूं आम आदमी पार्टी की सरकार बनाने लई अपील भी की गई। उन्हें कहा कि 2022 च आने वाली चोणों च आम आदमी पार्टी की सरकार बनेगी जो कि लोगों की अपनी सरकार होगी ते लोगों की सलाह नाल सारे फैसले किए जाएंगे। जेड़ी कौम दे विच जेड़े सूबे दे विच चुल्यां दी अग मठी पै जे ते सिवियां दी लातां उच्चियां हो जाण उह निकम्मे हाकमां दी निशानी हुंदी है। असीं सिवियां दी अग नूं मठी पाउणा है ते चुल्यां दी अग नूं बचाउणा है। इह तुहाडे करके करना, तुहाडे वास्ते करना, तुसीं करना। अज तां तुहाडा साथ देवांगे, असीं नहीं कहिंदे साडे मगर लगो। मैं कहना अज आपां सारे इकट्ठे मोढे नाल मोढा मोढ जोड़ के चलदे आं। मैं थोनू फिर कहना बेनीदी नहीं करनी के पता नहीं की होगा। सुजीत पात्र का शेर है कि की होया जे पत चढ़ाई तू अगली रुत्त विच यकीन रखी मैं लभ के लियाना कितों कलमा तू फुल्लां जोगी जमीन रखी जमीन रखियो फुल्लां जोगी इत्थे फुल खिड़नगे ऐसे धरती ते भंगड़े पेंदे दिखावांगे आही पंजाब नचदा हसदा खेड़दा रंगला पंजाब बना के दिखावांगे। तुसीं करना है। कई मैनूं कहिंदे अज वी मैनूं 2-3 मिले मोटरसाइकिल वाले भाई जी फिर बनाओ सरकार। मैं कहा तुसी बनानी है और खड़ा छड़ा दो जी ना तो मैं कहा तुसी छड़ाना है। सो इस करके थोनू कहना आया कि आने वाला टाइम लोगों का आने वाला टाइम पब्लिक का है। हुण ये कैप्टन दी बादल दी सरकार नहीं हुण लोगों की सरकार हो लोगों की पब्लिक की। जिवें दिल्ली च है पब्लिक नूं पुछ पुछ के काम आउंदे है ਮਹੱਲਿਆਂ ਨੂੰ ਬਿਠਾ ਕੇ ਮਹੱਲਿਆਂ ਦੇ ਵਿੱਚ ਸਭਾ ਹੁੰਦੀ ਹੈ ਕੀ ਕਰਨਾ ਦੱਸੋ ਕਿਵੇਂ ਕਰਨਾ ਦੱਸੋ। ਸੋ ਵੀਰੋ ਫਿਰ ਇੱਕ ਵਾਰੀ ਕਹਿੰਦੇ ਹਾਂ ਇਹਨਾਂ ਸੰਘਰਸ਼ਾਂ 'ਚ ਅਸੀਂ ਤੁਹਾਡੇ ਨਾਲ ਹਾਂ। ਮੈਂ ਪਾਰਟੀ ਦੇ ਜਿੰਨੇ ਵਰਕਰ ਨੇ ਉਹਨਾਂ ਨੂੰ ਕਹਿਣਾ ਜਿੱਥੇ ਵੀ 31 ਜਥੇਬੰਦੀਆਂ ਦਾ ਫੰਕਸ਼ਨ ਹੈ ਉੱਥੇ ਜਾਓ ਕੋਈ ਉੱਥੇ ਨਾਰਾ ਪਾਰਟੀ ਦਾ ਜਾਂ ਕੋਈ ਝੰਡਾ ਨਹੀਂ ਲੈ ਕੇ ਜਾਣਾ ਉਹਨਾਂ ਦੇ ਝੰਡਿਆਂ ਥੱਲੇ ਬੈਠੋ। किसानी का झंडा जिंदा रहूगा तो कोई राजनीतिक पार्टी का झंडा जिंदा रहूगा। जो किसान ही खत्म हो गया तो फिर जो रोटी के लाले पै गए फिर कह दी वो कहें ना कि पेट ना पईयां रोटियां सभी गल्ला खोटियां। सो रोटियां बचाउण की लड़ाई है तुहाडे नाल। जे थानू लगता है कि हाँ यार आम आदमी पार्टी वाले साडे वर्गे ने साडे च ही फिरदे ने ते साडीआं गल्लां करदे आ साडे चुल्ल्यां की अग बचाउण नूं फिरदे आ साडे सिवां दी अग्गां मठियां पाउण नूं फिरदे आ तां दोनों हाथ उपर चक के दो नारे ला दो बहुत बहुत धन्यवाद। मैं समा थोड़ा जहा लै गया माफी चाहना। दस दिए कि आम आदमी पार्टी वालों पिंडां दे सरपंचां नूं राजनीति तो उपर उठ के ग्राम सभा बुलाओ मुहिम तहत खेती कानूनां दा डट के विरोध करन दी अपील कीती जा रही है। इस दे नाल ही खेती कानूनां नूं लै के आप वालों अकाली दल कांग्रेस ते बीजेपी नूं घेरन च कोई कसर नहीं छड्डी जा रही। हालांकि सियासी पार्टियां वालों किसानां दे हक च डटे रहण दी गल आखी जा रही है। उथे ही किसानां वालों सियासी पार्टियां ते गुमराह करन दे इल्जाम लाए जा रहे ने। पर इह तां आउण वाला समा ही दसेगा कि 2022 दीआं चोणां दा की नतीजा निकल के सामने आंदा है। ब्यूरो रिपोर्ट पंजाबी लोक चैनल।